ਦੇਖੋ, ਸਭ ਤੋਂ ਜ਼ਰੂਰੀ ਤਾਂ ਅੱਜ ਲਾਅ ਐਂਡ ਆਰਡਰ ਆ, ਜਿਹੜਾ ਇਸ ਵੇਲੇ ਬਿਲਕੁਲ ਪੰਜਾਬ ਦਾ ਹਿੱਲਿਆ ਹੋਇਆ ਹੈ। ਲੁਧਿਆਣੇ 'ਚ ਮੈਂ ਜਿੱਥੋਂ ਆਪ ਆਉਂਦਾ ਹੈ ਉਹਦੇ ਵਿੱਚ ਤੁਸੀਂ ਹਾਲਾਤ ਦੇਖੇ ਆ ਵੀ ਕੀ ਬਣੇ ਆ। ਕੱਲ੍ਹ ਹੀ ਗੁਰਦਾਸਪੁਰ 'ਚ ਦੇਖੋ ਤੁਸੀਂ ਕਿਸ ਤਰੀਕੇ ਨਾਲ ਦੁਬਾਰਾ ਉਹ ਸੀਨ ਯਾਦ ਆ ਗਿਆ ਵੀ ਇੰਨੀਆਂ ਗੋਲੀਆਂ ਨਾਲ ਬਿੰਨਿਆ ਹੋਇਆ, ਇੰਨਾ ਅਸਲਾ ਕਿੱਥੋਂ ਇੰਨੀਆਂ ਗੋਲੀਆਂ ਚੱਲ ਰਹੀਆਂ। ਉਦੋਂ ਬਾਅਦ ਤੁਸੀਂ ਹੋਰ ਇੱਕ ਇੰਸੀਡੈਂਸ ਦੇਖ ਰਹੇ ਹਾਂ ਕਿਸ ਤਰੀਕੇ ਨਾਲ ਕੁੱਟਮਾਰ ਹੋ ਰਹੀ ਆ, ਅਤੇ ਇਹ ਤਮਾਸ਼ਾ ਹੋ ਕੀ ਰਿਹਾ ਹੈ? ਇਹ ਕਿਉਂ ਬਿਲਕੁਲ ਮਸ਼ੀਨਰੀ ਆ ਜਿਹੜੀ ਸਰਕਾਰ ਦੀ ਉਹ ਫੇਲ ਹੋ ਗਈ? ਕਿਤੇ ਨਾ ਕਿਤੇ ਜਿਹੜਾ ਕੰਟਰੋਲ ਆ ਗੌਰਮੈਂਟ ਦਾ ਉਹ ਕਿਤੇ ਨਾ ਕਿਤੇ ਹਿੱਲ ਚੁੱਕਿਆ ਹੈ, ਉਹ ਦਿਖ ਨਹੀਂ ਰਿਹਾ ਥੱਲੇ। ਕੋਈ ਕਮਾਂਡ ਜਿਹੜੀ ਹੁੰਦੀ ਆ ਉਹ ਕਮਾਂਡ ਜਿਹੜੀ ਆ ਉਹ ਸਰਕਾਰ ਦੀ ਦਿਖ ਨਹੀਂ ਰਹੀ। ਜਿਹੜੇ ਮੰਤਰੀ ਨੇ ਉਹ ਕਹਿ ਰਹੇ ਆ ਵੀ ਸਾਡੇ ਕੋਲ ਕੋਈ ਸਾਡੇ ਕੁਛ ਨਹੀਂ ਪੱਲੇ ਸਾਡੇ ਕੰਟਰੋਲ 'ਚ। ਜਿਹੜੇ ਸੀਐਮ ਸਾਹਿਬ ਨੇ ਉਹਨਾਂ ਦੇ ਪਤਾ ਲੱਗਦਾ ਇਹ ਹਾਓ ਭਾਓ ਤੋਂ ਵੀ ਸਾਰਾ ਕੁਛ ਆ ਜਿਹੜਾ ਉਹ ਦਿੱਲੀ ਚਲਾ ਗਿਆ। ਜਿਹੜਾ ਦਿੱਲੀ ਵਾਲੇ ਨੇ ਜਿਹਨਾਂ ਕੋਲ ਚਾਬੀ ਆ ਕੰਟਰੋਲ ਆ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਆ, ਅਤੇ ਫਿਰ ਕੰਮ ਚੱਲੂ ਕਿੱਥੋਂ? ਇਸ ਕਰਕੇ ਇਹ ਪੰਜਾਬ ਦਾ ਤਾਣਾ ਬਾਣਾ ਜਿਹੜਾ ਉਹ ਬਹੁਤ ਬੁਰੀ ਤਰ੍ਹਾਂ ਵਿਗੜ ਚੁੱਕਿਆ ਹੈ। ਅਤੇ ਹੁਣ ਉਹ ਸਾਰਾ ਤੰਤਰ ਆ ਜਿਹੜਾ ਇੱਕ ਇਲੈਕਸ਼ਨ ਜਿੱਤਣ ਨੂੰ ਜਿਹੜੀ ਆ ਉਹ ਜਲੰਧਰ ਵੈਸਟ ਦੀ ਉਹਦੇ ਉੱਤੇ ਸਾਰਾ ਜੁਟਿਆ ਹੋਇਆ ਵੀ ਜਿਹੜਾ ਪਾਰਲੀਮੈਂਟ 'ਚ ਹਾਰ ਹੋਈ ਆ, ਹਜੇ ਕਿ ਇਹਨਾਂ ਦਾ ਕਾਂਗਰਸ ਅਤੇ ਆਮ ਆਦਮੀ ਦਾ ਅਲਾਇੰਸ ਸੀਗਾ, ਅਤੇ ਉਹਦੇ ਬਾਵਜੂਦ ਵੀ ਜਿਹੜਾ ਉਹ ਨਤੀਜੇ ਇਹਨਾਂ ਦੇ ਮੂਹਰੇ ਆ। ਅਤੇ ਇਸ ਕਰਕੇ ਉਹ ਹਾਲਾਤ ਨੇ ਜਿਹੜੇ ਜੇਲ੍ਹ 'ਚ, ਸੀਐਮ ਵੀ ਉੱਥੇ ਦੇ, ਡਿਪਟੀ ਮੁੱਖ ਮੰਤਰੀ, ਹੋਰ ਵੀ ਇਹਨਾਂ ਦੇ ਲੋਕ ਜਿਹੜੇ ਕੁਛ ਬਾਹਰ ਬੂਹਰ ਭੱਜ ਗਏ ਸੀ ਉਹ ਹੁਣ ਆਏ ਨੇ। ਮੇਰਾ ਕਹਿਣ ਦਾ ਭਾਵ ਆ ਕੋਈ ਵਾਲੀ ਵਾਰਸਾ ਜਿਹੜਾ ਇਸ ਵੇਲੇ ਹੈ ਨਹੀਂ। ਮੈਂ ਤਾਂ ਆਪ ਗਵਰਨਰ ਸਾਹਿਬ ਨੂੰ ਇਹ ਗੱਲ ਕਹੀ ਆ ਵੀ ਆਉਣ ਵਾਲੇ ਦਿਨਾਂ 'ਚ ਚਾਹੇ ਤੁਸੀਂ ਚੀਫ ਮਿਨਿਸਟਰ ਸਾਹਿਬ ਨੂੰ ਉਹਨਾਂ ਨਾਲ ਗੱਲ ਕਰੋ, ਉਹਨਾਂ ਨੂੰ ਬੁਲਾਓ, ਅਤੇ ਸਾਰੀ ਰਿਪੋਰਟ ਆ ਜਿਹੜੀ ਉਹ ਹੋਮ ਮਿਨਿਸਟਰੀ ਨੂੰ ਜਿਹੜੀ ਆ ਉਹ ਦੇਣੀ ਚਾਹੀਦੀ ਆ। ਮੈਂ ਵੀ ਆਪਣੇ ਵੱਲੋਂ ਦਊਂਗਾ। ਇਸ ਤਰੀਕੇ ਨਾਲ ਪੰਜਾਬ 'ਚ ਅਸੀਂ ਬਹੁਤ ਨੁਕਸਾਨ ਉਠਾਇਆ ਹੈ। ਪੰਜਾਬ 'ਚ ਬਹੁਤ 35,000 ਤੋਂ ਉੱਤੇ ਲੋਕ ਸ਼ਹੀਦ ਹੋਏ, ਮਾਰੇ ਗਏ, ਉਹ ਇੱਕ ਵੱਖਰੀ ਗੱਲ ਆ, ਪਰ ਜਿਹੜੇ ਇੰਨੇ ਸਾਲ ਅਸੀਂ ਪਿੱਛੇ ਰਹਿ ਗਿਆ ਪੰਜਾਬ, ਅੱਜ ਫਿਰ ਪੰਜਾਬ 'ਚ ਕੋਈ ਇੰਡਸਟਰੀ ਨਹੀਂ ਆ ਰਹੀ, ਅੱਜ ਫਿਰ ਪੰਜਾਬ ਦੇ ਵਪਾਰੀ ਆ ਜਿਹੜੇ ਉਹ ਹੋਰ ਸੂਬਿਆਂ ਵੱਲ ਨੂੰ ਜਾ ਰਹੇ ਨੇ, ਕੋਈ ਵੀ ਆਰਡਰ ਆ ਜਿਹੜਾ ਉਹ ਇੱਥੇ ਦੇਣ ਨੂੰ ਤਿਆਰ ਨਹੀਂ ਗੇ, ਕਿਉਂਕਿ ਫੈਕਟਰੀਆਂ ਹੈ ਜਿਹੜੀਆਂ, ਜੇ ਉੱਥੇ ਕੋਈ ਆਰਡਰ ਦਊਗਾ ਬਾਹਰੋਂ ਕੰਪਨੀਆਂ ਤਦ ਹੀ ਚੱਲੂਗਾ, ਉਹ ਕੋਈ ਦੇਣ ਨੂੰ ਤਿਆਰ ਨਹੀਂ ਗਾ ਵੀ ਪੰਜਾਬ 'ਚ ਹਾਲਾਤ ਕੀ ਬਣਨੇ ਆ। ਇੱਥੇ ਟੂਰਿਸਟ ਕੋਈ ਆਉਣ ਨੂੰ ਤਿਆਰ ਨਹੀਂ ਗਾ, ਇਨਵੈਸਟਰ ਕੋਈ ਆਉਣ ਨੂੰ ਤਿਆਰ ਨਹੀਂ ਗਾ, ਅਤੇ ਪੰਜਾਬ ਦਾ ਹਾਲਾਤ ਬਣਨਗੇ ਕੀ? ਕਿਸ ਤਰੀਕੇ ਨਾਲ ਆਪਣਾ ਪੰਜਾਬ ਜਿਹੜਾ GST ਪਹਿਲਾਂ ਹੀ ਕੁੱਲ 2700 ਕਰੋੜ ਰਹਿ ਗਿਆ ਹੈ, ਨਾਲ ਹਰਿਆਣਾ ਹੈ ਉਹਦਾ 23,000 ਕਰੋੜ ਹੋਇਆ ਪਿਆ। ਮੈਨੂੰ ਇੱਕ ਗੱਲ ਹੋਰ ਮੈਂ ਤੁਹਾਡੇ ਮੂਹਰੇ ਕਹਿਣੀ ਚਾਹੁੰਦਾ ਵੀ ਜਿਹੜੀ ਸੈਂਟਰ, ਮੈਂ ਸਾਰੇ ਤਕਰੀਬਨ ਮਿਨਿਸਟਰੀਆਂ ਨਾਲ ਗੱਲ ਕੀਤੀ ਆ, ਸਾਰੇ ਸੂਬੇ ਕਿਤੇ ਨਾ ਕਿਤੇ ਵੱਖ ਵੱਖ ਸਕੀਮਾਂ 'ਚ ਪੈਸਾ ਲੈ ਕੇ ਜਾ ਰਹੇ ਆ, ਪਰ ਜਿਹੜਾ ਸਾਡਾ ਸੂਬਾ ਹੈ ਪੰਜਾਬ, ਉਹ 'ਚੋਂ ਕਦੇ ਕੋਈ ਮੰਤਰੀ ਕਿਸੇ ਕੈਬਨਿਟ ਮੰਤਰੀ ਨੂੰ ਨਹੀਂ ਮਿਲਿਆ ਅੱਜ ਤੱਕ। ਤੁਸੀਂ ਮੈਨੂੰ ਦੱਸ ਦਿਓ ਕਿੰਨਾ ਦਿਨ ਹੋ ਗਏ ਸਹੁੰ ਚੱਕੀ ਨੂੰ, ਸਰਕਾਰ ਨੂੰ ਇੱਕ ਵੀ ਪੰਜਾਬ ਦਾ ਕੋਈ ਮੰਤਰੀ, ਕੋਈ ਵੀ ਪੰਜਾਬ ਦਾ ਮੰਤਰੀ ਜਾ ਕੇ ਸੈਂਟਰ ਮਿਨਿਸਟਰ ਨੂੰ ਕਿਸੇ ਬਜਟ ਆਉਣ ਵਾਲਾ ਹੈ, ਬਜਟ ਦੇ ਵਿੱਚ ਸਾਰੀਆਂ ਸਕੀਮਾਂ ਆਉਣੀਆਂ, ਸਾਰੇ ਸੂਬੇ ਆ ਕੇ ਮਿਲ ਰਹੇ ਆ, ਸਾਰੇ ਚੀਫ ਮਿਨਿਸਟਰ ਆ ਕੇ ਮਿਲ ਰਹੇ ਆ, ਅਤੇ ਸਾਡਾ ਕੋਈ ਵੀ ਚੀਫ ਮਿਨਿਸਟਰ ਨਹੀਂ, ਸਾਡਾ ਕੋਈ ਮੰਤਰੀ ਨਹੀਂ ਉੱਥੇ ਜਾ ਕੇ ਆਪਣੀ ਗੱਲ ਤਾਂ ਰੱਖੇ ਕੋਈ ਪੰਜਾਬ ਦੇ ਬਾਰੇ? ਪਹਿਲਾਂ ਹੀ ਪੰਜਾਬ ਦੇ ਕੋਲ ਤਾਂ ਧੇਲਾ ਹੈ ਨਹੀਂ, ਸੈਂਟਰ ਤੋਂ ਇਹ ਸਕੀਮਾਂ 'ਚ ਹਿੱਸੇਦਾਰੀ ਆ ਜਿਹੜੀ ਉਹ ਲੈਣ ਨਹੀਂ ਜਾਂਦੇ। ਪਤਾ ਨਹੀਂ ਕਿਸ ਆਕੜ 'ਚ ਨੇ, ਜਾਂ ਤਾਂ ਕੇਜਰੀਵਾਲ ਦਾ ਇਹ ਹੁਕਮ ਆ ਵੀ ਤੁਸੀਂ ਉਹਨਾਂ ਦੀ ਲੜਾਈ ਪਰਸਨਲ ਬਣਾਈ ਹੋਈ ਆ ਵੀ ਕਿਸੇ ਮੰਤਰੀ ਨੂੰ ਜਾਂ CM ਨੂੰ ਉਹ ਜਾਣ ਨਹੀਂ ਦਿੰਦੇ। ਦੂਜੀ ਗੱਲ ਇਹ ਵੀ ਆ, ਕਿਉਂਕਿ ਕੇਜਰੀਵਾਲ ਜੇਲ੍ਹ 'ਚ ਨੇ, ਉਹ ਰੋਪਬਾਜ਼ੀ ਕਰਦੇ ਆ, ਇਹ ਉਸ ਦੇ ਡਰ ਤੋਂ ਵਾਏ, ਉਹਨਾਂ ਦੇ ਡਰ ਤੋਂ ਨਾ CM ਨਾ ਕੋਈ ਮੰਤਰੀ ਆ ਜਿਹੜਾ ਕੇਂਦਰ 'ਚ ਜਾਂਦਾ ਹੈ।
ਡਿਪਟੀ ਮਿਨਿਸਟਰੀਆਂ ਨਾਲ ਗੱਲ ਕਰਦਾ, ਨੁਕਸਾਨ ਕਿਹਦਾ ਹੋ ਰਿਹਾ? ਨੁਕਸਾਨ ਇਹਦਾ ਜਿਹੜਾ ਪੰਜਾਬ ਨੂੰ ਉਠਾਉਣਾ ਪੈ ਰਿਹਾ, ਪੰਜਾਬ ਦੇ ਲੋਕਾਂ ਨੂੰ ਉਠਾਉਣਾ ਪੈ ਰਿਹਾ। ਉਦੋਂ ਬਾਅਦ ਕੋਈ ਇਹਨਾਂ ਦਾ ਸੈਕਟਰੀ, ਕੋਈ ਆਫਿਸਰ ਉਹ ਨਹੀਂ ਜਾ ਸਕਦਾ ਕਿਉਂਕਿ ਸੀਐਮ ਦੇ ਹੁਕਮ ਨੇ। ਕੋਈ ਆਪਣੇ ਕਾਉਂਟਰਪਾਰਟ, ਕੋਈ ਤਾਂ ਮੈਨੂੰ ਦੱਸੋ ਕਿਸੇ ਵੀ ਮਿਨਿਸਟਰੀ ਦਾ ਸੈਕਟਰੀ ਉੱਥੇ ਜਾ ਕੇ ਕਿਸੇ ਸੈਕਟਰੀ ਨੂੰ ਮਿਲਿਆ ਹੋਵੇ, ਕਿਸੇ ਜੁਆਇੰਟ ਸੈਕਟਰੀ ਨੂੰ ਮਿਲਿਆ ਹੋਵੇ? ਬਿਲਕੁਲ ਨਹੀਂ। ਤੇ ਬਜਟ ਜਿਹੜਾ ਉਹ 10 ਦਿਨ ਨੂੰ 15 ਦਿਨ ਨੂੰ ਆਉਣ ਨੂੰ ਤਿਆਰ ਆ, ਤੇ ਪੰਜਾਬ ਨੂੰ ਮਿਲੂਗਾ ਕਿਵੇਂ ਕੁਛ? ਅਸੀਂ ਖਾਲੀ ਰਹਿ ਜਾਂਗੇ ਫਿਰ ਉਸ ਤੋਂ। ਇਸ ਕਰਕੇ ਮੈਂ ਮੀਡੀਆ ਰਾਹੀਂ, ਇਹ ਮੈਂ ਤੁਹਾਡੇ ਰਾਹੀਂ ਵੀ ਕਹਿਣਾ, ਤੇ ਮੈਂ ਗਵਰਨਰ ਸਾਹਿਬ ਨੂੰ ਵੀ ਇਹ ਗੱਲ ਕੀਤੀ ਆ, ਮੈਂ ਹੋਰ ਮੁੱਖ ਮੰਤਰੀ ਸਾਹਿਬ ਨੂੰ ਵੀ ਪਹਿਲਾਂ ਕੀਤੀ ਸੀ, ਹੁਣ ਇਲੈਕਸ਼ਨਾਂ ਤੋਂ ਵਿਹਲੇ ਹੋ ਜਾਣਗੇ ਮੈਂ ਫੇਰ ਕਰੂੰਗਾ, ਵੀ ਭਾਈ ਸਾਹਿਬ ਸੈਂਟਰ ਦੇ ਵਿੱਚ ਵੱਖ ਵੱਖ ਸਕੀਮਾਂ 'ਚ ਪੈਸਾ ਲੈਣ ਲਈ ਉੱਥੇ ਦਿੱਲੀ ਪਹੁੰਚੋ, ਉੱਥੇ ਮਹਿਕਮਿਆਂ ਨਾਲ ਗੱਲ ਕਰੋ, ਉੱਥੇ ਮਿਨਿਸਟਰੀਆਂ ਨਾਲ ਗੱਲ ਕਰੋ। ਇੱਥੇ ਤਾਂ ਜੋ ਹਾਲਾਤ ਤੁਸੀਂ ਪੰਜਾਬ ਦੇ ਬਣਾਏ ਹੋਏ ਆ ਲੋਕਾਂ ਦੇ ਮੂਹਰੇ ਆ, ਪਰ ਲੋਕਾਂ ਨੂੰ ਵੱਖ ਵੱਖ ਸੈਂਟਰ ਦਾ ਜਿਹੜਾ ਹਿੱਸਾ ਲੈਣਾ ਉਹ ਤਾਂ ਪੰਜਾਬ ਦੇ ਲੋਕਾਂ ਨੂੰ ਦਵਾਓ। ਬਿੱਟੂ ਜੀ, ਅੰਮ੍ਰਿਤਪਾਲ ਦਾ ਇੱਕ ਟਵੀਟ ਆਇਆ, ਆਪਕੋ ਲਗਤਾ ਹੈ ਕਿ ਉਹ ਡਾਕਟਰ ਹੈ, ਉਸਨੇ ਕਿਹਾ ਹੈ ਨਹੀਂ ਕਿਹਾ ਹੈ, ਔਰ ਆਪਣੀ ਮਦਰ ਦੀ ਸਟੇਟਮੈਂਟ ਕੋ ਵੋ ਕੰਟਰਡਿਕਟ ਕਰ ਰਹਾ ਹੈ? ਦੇਖੋ, ਕਹੀਂ ਨਾ ਕਹੀਂ ਜੋ ਅੰਮ੍ਰਿਤਪਾਲ ਲੋਗੋ ਨੇ ਐਮਪੀ ਚੁਣਾ ਹੈ, ਔਰ ਐਮਪੀ ਕੀ ਵਕਤ ਜਬ ਇਲੈਕਸ਼ਨ ਸੇ ਪਹਿਲੇ ਵੀ ਆਪ ਓਥ ਲੈਤੇ ਹੈ ਦੇਸ਼ ਕੇ ਲੀਏ, ਆਪਣੇ ਸੰਵਿਧਾਨ ਕੇ ਲੀਏ, ਵੋ ਵੀ ਲੀ, ਔਰ ਉਸਕੇ ਬਾਅਦ ਵੋ 5 ਤਰੀਕ ਕੋ ਅੰਮ੍ਰਿਤਪਾਲ ਸ਼ਪਥ ਲੈ ਕੇ ਗਏ ਹੈ ਆਪਣੇ ਸੰਵਿਧਾਨ ਔਰ ਕੰਸਟੀਟਿਊਸ਼ਨ ਕੀ, ਵਹੀ ਬਾਤ ਉਨਕੀ ਮਾਤਾ ਜੀ ਨੇ ਕਹੀ ਹੈ, ਵੀ ਉਨ੍ਹੋਂਨੇ ਅਬ ਜੋ ਕੰਸਟੀਟਿਊਸ਼ਨ ਸੰਵਿਧਾਨ ਕੀ ਓਥ ਲੀ ਹੈ, ਤੋ ਵੋ ਆਪਣੇ ਦੇਸ਼ ਕਾ ਔਰ ਪੰਜਾਬ ਕਾ ਹੀ ਭਲਾ ਕਰੇਂਗੇ, ਉਸਸੇ ਕਿਸੀ ਖਾਲਿਸਤਾਨ ਕਾ ਭਲਾ ਥੋੜੀ ਉਨ੍ਹੋਂਨੇ ਕਰਨਾ ਹੈ, ਜਾਂ ਖਾਲਿਸਤਾਨ ਕੀ ਥੋੜੀ ਬਾਤ ਕਰਨੀ ਹੈ, ਤੋ ਯਹੀ ਬਾਤ ਕਹੀ ਹੈ। ਇਸਮੇ ਕਈ ਸ਼ਕਤੀਆਂ ਹੈ ਜੋ ਪੀਛੇ ਸੇ ਮੇਰੀ ਖਿਆਲ ਸੇ ਫੈਮਿਲੀ ਕੇ ਉਪਰ ਵੀ ਔਰ ਜੋ ਵੀ ਹੈਂਡਲ ਕਰ ਰਹੇ ਹੈ ਯੇ ਉਨਕੇ ਉਪਰ ਵੀ ਕਹੀਂ ਨਾ ਕਹੀਂ ਪ੍ਰੈਸ਼ਰ ਹੈ, ਵੋ ਦਿਖਾਈ ਦੇ ਰਹਾ ਹੈ। ਤੋ ਮੈਂ ਤੋ ਯਹੀ ਕਹੂੰਗਾ, ਉਨਕੇ ਮਾਤਾ ਜੀ ਬਹੁਤ ਉਨ੍ਹੋਂਨੇ ਅੱਛੀ ਬਾਤ ਕੀ ਹੈ, ਹਮੇ ਉਨਕੋ ਸਪੋਰਟ ਕਰਨੀ ਚਾਹੀਏ, ਔਰ ਬਾਰ ਬਾਰ ਅਬ ਜੋ ਉਨ੍ਹੋਂਨੇ ਬਾਤ ਕਹਿ ਦੀ ਉਸੇ ਇਹ ਉਨਕੇ ਉਪਰ ਕੋਈ ਪ੍ਰੈਸ਼ਰ ਵੀ ਨਹੀਂ ਡਾਲਣਾ ਚਾਹੀਏ। ਤੋ ਮੁਝੇ ਲੱਗ ਰਹਾ ਥਾ ਵੀ ਕਹੀਂ ਨਾ ਕਹੀਂ ਜਬ ਉਨ੍ਹੋਂਨੇ ਦੁਬਾਰਾ ਬਾਤ ਕੀ ਹੈ, ਉਨਕੇ ਉਪਰ ਪ੍ਰੈਸ਼ਰ ਥਾ, ਉਨਕੀ ਆਵਾਜ਼ ਮੇ ਇਹ ਝਲਕ ਆ ਰਹੀ ਸੀ ਵੀ ਉਨਕੇ ਉਪਰ ਕੋਈ ਨਾ ਕੋਈ ਦਬਾਅ ਹੈ ਜੋ ਬੀਸੀ ਡਾਲਾ ਜਾ ਰਿਹਾ ਹੈ, ਲੇਕਿਨ ਲੋਗੋ ਨੇ ਵੋਟ ਦੇਸ਼ ਕੇ ਕਾਨੂੰਨ ਕੇ ਹਿਸਾਬ ਸੇ ਡਾਲੀ ਹੈ ਵੋਟ, ਔਰ ਉਨ੍ਹੋਂਨੇ ਜੋ ਆਪਣੀ ਓਥ ਲੀ ਹੈ ਵੋ ਉਨ੍ਹੋਂਨੇ ਦੇਸ਼ ਕੇ ਕਾਨੂੰਨ ਔਰ ਸੰਵਿਧਾਨ ਕੇ ਮਾਧਿਅਮ ਸੇ ਲੀ ਹੈ। ਸਰ, ਕੱਲ ਲੁਧਿਆਣਾ ਗਏ ਥੇ ਗਵਰਨਰ ਸਾਹਿਬ, ਜੋ ਇੰਸੀਡੈਂਟ ਹੁਆ ਉਸਕੋ ਲੇਕਰ, ਆਜ ਜੋ ਪ੍ਰੈਸ ਕਾਨਫਰੰਸ ਹੋਈ ਕਾਂਗਰਸ ਕੀ, ਉਸਮੇ ਪ੍ਰਤਾਪ ਸਿੰਘ ਬਾਜਵਾ ਕਾ ਕਹਿਣਾ ਥਾ ਕਿ ਗਵਰਨਰ ਸਾਹਿਬ ਸਿੱਧੂ ਮੂਸੇ ਵਾਲੇ ਕੇ ਮਰਡਰ ਕੇ ਟਾਈਮ ਪਰ ਉਨਕੇ ਘਰ ਕਿਉਂ ਨਹੀਂ ਗਏ? ਨਹੀਂ, ਦੇਖੋ ਮੇਰੀ ਖਿਆਲ ਮੇਜੇ ਸਮਝ ਨਹੀਂ ਆਤਾ ਵੀ ਗਵਰਨਰ ਸਾਹਿਬ ਇੱਕ ਪੋਸਟ ਐਸੀ ਹੈ ਜਿਸਪੇ ਪੋਲੀਟਿਕਸ ਤੋਂ ਨਹੀਂ ਹੋਣੀ ਚਾਹੀਏ, ਗਵਰਨਰ ਜੀ ਗਵਰਨਰ ਸਾਹਿਬ ਕੋ ਤੋ ਛੋੜਨਾ ਚਾਹੀਏ, ਪਰ ਇਹ ਬਦਕਿਸਮਤੀ ਹੈ ਵੀ ਹਰ ਜਗ੍ਹਾ ਪੋਲੀਟਿਕਸ ਹੀ ਹੋ ਰਹੀ ਹੈ, ਪੋਲੀਟਿਕਸ ਦੇ ਉੱਪਰ ਕੁਛ ਨਹੀਂ, ਬਾਕੀ ਪਾਰਟੀਆਂ ਕੇ ਉੱਪਰ ਆਪਣੇ ਬਾਤ ਕਰਨੀ ਹੈ ਕਰੇ, ਲੇਕਿਨ ਆਪ ਇਸ ਪੇ ਪੋਲੀਟਿਕਸ ਮਤ ਕਰੇ, ਔਰ ਜੋ ਮੂਸੇ ਵਾਲਾ ਸਾਹਿਬ ਕਾ ਜਬ ਇੰਸੀਡੈਂਟ ਹੁਆ ਥਾ ਤੋ ਉਸ ਟਾਈਮ ਉਨ੍ਹੇ ਪਤਾ ਹੋਣਾ ਚਾਹੀਏ, ਉਨਕੇ ਸਹਿਯੋਗੀ ਆਜ ਵੀ ਇੰਡੀ ਲਾਈਨਸ ਕੇ ਜੋ ਪਾਰਟਨਰ ਹੈ ਕੇਜਰੀਵਾਲ ਸਾਹਿਬ ਔਰ ਰਾਹੁਲ ਗਾਂਧੀ, ਉਨਕਾ ਸਮਝੌਤਾ ਹੈ, ਵੋ ਬਾਤ ਆਪਣੀ ਆਮ ਆਦਮੀ ਸਰਕਾਰ ਸੇ ਕਰੇ, ਜੋ ਉਨਕਾ ਅਲਾਇੰਸ ਪਾਰਟਨਰ ਹੈ, ਵੋ ਇੰਸੀਡੈਂਟ ਜੋ ਹੁਆ ਹੈ ਵੋ ਬਿਲਕੁਲ ਉਸ ਜਿਨਕੇ ਪਾਰਟਨਰ ਆਮ ਆਦਮੀ ਕੀ ਸਰਕਾਰ ਕੇ ਫੇਲੀਅਰ ਕੀ, ਜਬ ਉਸੇ ਸਿਕਿਉਰਿਟੀ ਵਾਪਸ ਲਈ ਹੈ, ਇਹ ਸਵਾਲ ਜੋ ਵੀ ਜਿਸ ਕਾ ਵੀ ਆਪ ਨਾਮ ਲੈ ਰਹੇ ਹੈ ਵੋ ਕਿਰਪਾ ਕਰੇ, ਯੇ ਸਵਾਲ ਜਬ ਕੋਈ ਵੀ ਮੀਟਿੰਗ ਹੋਤੀ ਹੈ ਇੰਡੀਆ ਅਲਾਇੰਸ ਕੀ, ਅਬ ਹਾਊਸ ਸ਼ੁਰੂ ਹੋ ਜਾਏਗਾ, ਵਹਾਂ ਪੇ ਸਾਰੇ ਐਮਪੀ ਕਾਂਗਰਸ ਕੇ ਔਰ ਆਮ ਆਦਮੀ ਕੇ ਇਕੱਠੇ ਬੈਠੇ ਹੋਣਗੇ, ਆਪਣੇ ਐਮਪੀਓ ਕੋ ਕਹੇ ਪੰਜਾਬ ਕੇ ਐਮਪੀਓ ਤੋਂ, ਜਿਹੜੇ ਪੰਜਾਬ ਦੇ ਐਮਪੀ ਨੇ 7, ਉਹਨਾਂ ਨੂੰ ਕਹਿਣ, ਚਾਹੇ ਉਹ
ਬਾਜਵਾ ਸਾਹਿਬ ਨੇ ਚਾਹੇ ਕੋਈ ਹੋਰ ਸਾਹਿਬ ਨੇ ਉਹ ਉਸ ਮੀਟਿੰਗ ਦੇ ਵਿੱਚ ਬਾਈਕਾਟ ਕਰਿਆ ਕਰਨ, ਉਸ ਮੀਟਿੰਗ 'ਚ ਬਿਲਕੁਲ ਨਾ ਬੈਠਿਆ ਕਰਨ ਜਿਹਦੇ ਵਿੱਚ ਆਮ ਆਦਮੀ ਦੇ ਲੋਕ, ਕਿਉਂਕਿ ਮੂਸੇਵਾਲ ਦਾ ਕਤਲ ਕਰਵਾਉਣ ਦੇ ਵਿੱਚ ਜਿਹੜੇ ਨੇ ਉਹ ਉਸ ਵੇਲੇ ਦੀ ਆਮ ਆਦਮੀ ਦੀ ਸਰਕਾਰ ਉਹਦੇ ਉੱਤੇ ਆਰੋਪ ਨੇ, ਅੱਜ ਉਹਨਾਂ ਦਾ ਅਲਾਇੰਸ ਆ ਤੇ ਉਹ ਗੱਲ ਜਿਹੜੀ ਕਹਿਣਾ ਚਾਹੁੰਦੇ ਆ ਉਹ ਜਾ ਕੇ ਉਹਨਾਂ ਨੂੰ ਕਹਿਣ। ਨਹੀਂ ਜੀ ਨਹੀਂ, ਮੈਂ ਤਾਂ ਜਦੋਂ ਕਾਂਗਰਸ ਸੀ ਉਦੋਂ ਮੈਨੂੰ ਉਦੋਂ ਵੀ ਮੋਰੈਂਡਮ ਦਿੰਦੇ ਸੀ, ਮੈਂ ਜਾ ਕੇ ਹਮੇਸ਼ਾ ਆਵਾਜ਼ ਉਠਾਈ ਆ। ਸਵਾ ਸਾਲ ਮੈਂ ਕਿਸਾਨਾਂ ਦੇ ਲਈ, ਆਪ ਕਿਸਾਨ ਆ, ਮੈਂ ਧਰਨੇ ਤੇ ਬੈਠਾ ਰਿਹਾ। ਮੈਂ ਤਾਂ ਆਪ ਉਹਨਾਂ ਨੂੰ ਹਮੇਸ਼ਾ ਇਹ ਗੱਲ ਕਹੀ ਆ ਵੀ ਮੈਂ ਉਹਨਾਂ ਦੀ ਆਵਾਜ਼ ਬਣ ਕੇ ਆਪ ਉਹਨਾਂ ਦੀ ਆਵਾਜ਼ ਉਠਾਊਂਗਾ ਹਰ ਜਗ੍ਹਾ। ਇਸ ਕਰਕੇ ਬਿਲਕੁਲ ਉਹ ਬੇਸ਼ੱਕ ਕਾਂਗਰਸ ਨੂੰ ਦੇਣ, ਅਕਾਲੀ ਦਲ ਨੂੰ ਦੇਣ, ਆਮ ਆਦਮੀ ਨੂੰ, ਜਿਹਨੂੰ ਮਰਜ਼ੀ ਦੇਣ, ਪਰ ਅਸੀਂ ਕਿਸਾਨ ਆ, ਕਿਸਾਨਾਂ ਦੇ ਨਾਲ ਆ ਤੇ ਉਹਨਾਂ ਦੇ ਇਸ਼ੂ ਆ। ਮੈਂ ਤਾਂ ਪਹਿਲਾਂ ਕਿਹਾ ਵੀ ਮੈਂ ਵਿੱਚ ਬੈਠਾ ਹਾਂ ਇਸ ਵੇਲੇ ਸਰਕਾਰ ਦੇ ਵਿੱਚ, ਤੇ ਮੇਰੇ ਨਾਲ ਮੈਂ ਜਿੱਥੇ ਮੈਨੂੰ ਬੁਲਾਉਣ ਮੈਂ ਆਉਣ ਨੂੰ ਤਿਆਰ ਹਾਂ, ਜਿੱਥੇ ਉਹ ਚਾਹੁਣ ਮੈਨੂੰ ਮਿਲਣ, ਕਿਉਂਕਿ ਇਕੱਲੇ ਲੀਡਰ ਨਹੀਂ, ਬਾਕੀ ਜਿਹੜੇ ਸਾਰੇ ਕਿਸਾਨ ਨੇ ਉਹ ਸਾਡੇ ਰਿਸ਼ਤੇਦਾਰ ਨੇ, ਰੋਜ਼ ਇੱਕ ਦੂਜੇ ਨੂੰ ਅਸੀਂ ਮਿਲਦੇ ਹਾਂ, ਅੱਜ ਵੀ ਮੈਨੂੰ ਮਿਲੇ ਆ। ਅੱਜ ਬੜਾ ਵੱਡਾ ਇੱਕ ਇਸ਼ੂ ਸੀਗਾ ਜਿਹੜਾ ਮੁਕਤਸਰ ਜ਼ਿਲ੍ਹੇ 'ਚ, ਕਿਤੇ ਪੋਟਾਸ਼ ਜਿਹੜੀ ਆ ਉਹ ਥੱਲੇ ਉਹਦਾ ਸਰਵੇ ਹੋਇਆ, ਥੱਲੇ ਉਹ ਕਿਤੇ ਲੱਭੀ ਆ, ਅਤੇ ਉੱਥੇ ਦੇ ਕਿਸਾਨਾਂ 'ਚ ਇੱਕ ਬੜਾ ਵੱਡਾ ਸਹਿਮ ਦਾ ਮਾਹੌਲ ਆ ਵੀ ਇਹ ਕਿਤੇ ਜ਼ਮੀਨ 'ਚ ਕੱਲ੍ਹ ਨੂੰ ਕੋਈ ਐਕਵਾਇਰ ਨਾ ਹੋ ਜਾਵੇ, ਉਹਨਾਂ ਨੂੰ ਕੋਈ ਐਡਮਿਨਿਸਟ੍ਰੇਸ਼ਨ ਕੋਈ ਰਾਹ ਨਹੀਂ ਪਾ ਰਹੀ ਸੀ। ਮੈਂ ਤਾਂ ਅੱਜ ਹੀ ਉਹਨਾਂ ਨੂੰ ਮਿਲ ਕੇ ਇਹ ਗੱਲ ਕੀਤੀ ਆ ਵੀ ਬਿਲਕੁਲ ਇਸ ਬਾਰੇ, ਚਾਹੇ ਮਾਈਨਿੰਗ ਵਿਭਾਗ ਹੋਵੇ ਚਾਹੇ ਹੋਰ ਕੋਈ ਹੋਵੇ, ਡਟ ਕੇ ਉਹਨਾਂ ਨਾਲ ਗੱਲ ਕਰਾਂਗੇ। ਤੁਹਾਨੂੰ ਬਿਲਕੁਲ ਵੀ ਫਿਕਰ ਕਰਨ ਦੀ ਲੋੜ ਨਹੀਂ, ਜਿੰਨੇ ਵੀ ਮੁਕਤਸਰ ਦੇ 3 ਪਿੰਡਾਂ 'ਚ ਹਜੇ ਇਹ ਗੱਲ ਚੱਲ ਰਹੀ ਆ, ਉਹਨਾਂ ਦੀ ਜ਼ਮੀਨ ਆ ਜਿਹੜੀ ਉਹ ਕਿਸੇ ਨੂੰ ਵੀ ਕਿਸਾਨਾਂ ਦੇ ਹੁਕਮ ਤੋਂ ਬਗੈਰ ਉਹਨਾਂ ਵੱਲ ਝਾਕਣ ਨਹੀਂ ਦਿੱਤਾ ਜਾਊਗਾ। ਅਤੇ ਅੱਗੇ ਵੀ, ਕਿਉਂਕਿ 5 ਸਾਲ ਲਈ ਬੀਜੇਪੀ ਸਰਕਾਰ ਆ ਜਿਹੜੀ, ਉਹ ਦੇਸ਼ ਦੀ ਸਰਕਾਰ ਆ, ਉਹ ਬਣ ਚੁੱਕੀ ਆ, ਅਤੇ ਜਿਹੜੀ ਵੀ ਗੱਲਬਾਤ ਕਰਨੀ ਆ ਉਹ ਸਰਕਾਰ ਨਾਲ ਹੀ ਕਰਨੀ ਆ। ਮੈਂ ਉਹਨਾਂ ਦਾ ਆਪ ਦਾ ਇੱਕ ਭਰਾ ਹੈ, ਮੈਂ ਉਹਨਾਂ ਦਾ ਆਪ ਦਾ ਇੱਕ ਬੱਚਾ ਹੈ, ਅਤੇ ਮੈਂ ਡਟ ਕੇ ਉਹਨਾਂ ਦੀ ਗੱਲ ਕਰੂੰਗਾ। ਬਿੱਟੂ ਜੀ, ਪ੍ਰਾਈਮ ਮਿਨਿਸਟਰ ਅੱਜ ਰਸ਼ੀਆ ਮੇ ਹੈ, ਕਾਂਗਰਸ ਇਹ ਕਹਿ ਰਹੀ ਹੈ ਕਿ ਇੰਦਰਾ ਗਾਂਧੀ ਔਰ ਜਵਾਹਰ ਲਾਲ ਨਹਿਰੂ ਕੀ ਜੋ ਪਾਲਿਸੀ ਸੀ ਉਸਕੀ ਵਜ੍ਹਾ ਸੇ ਆਜ ਰਸ਼ੀਆ ਕੇ ਇੰਡੀਆ ਕੇ ਸਾਥ ਰਿਲੇਸ਼ਨਸ ਅੱਛੇ ਹੈ। ਦੇਖੋ ਜੀ, ਜਿਹੜੇ ਰਿਲੇਸ਼ਨ ਚੰਗੇ ਨੇ ਉਹ ਉਹਨਾਂ ਕਰਕੇ ਆ, ਜਿਹੜੇ ਜੋ ਰਿਸ਼ਤੇ ਅੱਛੇ ਹੈ ਉਹ ਕਾਂਗਰਸ ਕੀ ਵਜ੍ਹਾ ਸੇ ਹੈ, ਜੋ ਖਰਾਬ ਹੈ ਉਹ ਕਿਸੇ ਔਰ ਕੀ ਵਜ੍ਹਾ ਸੇ ਹੈ। ਇਸ ਕਰਕੇ ਜੋ ਪ੍ਰਾਈਮ ਮਿਨਿਸਟਰ ਸਾਹਿਬ ਹੈ, ਆਜ 10 ਸਾਲ ਤੋਂ ਉਨਕੋ ਹੋ ਗਏ, ਔਰ ਤੀਸਰੀ ਜੋ ਗਵਰਨਮੈਂਟ ਬਣੀ ਹੈ ਮੋਦੀ ਸਾਹਿਬ ਕੀ, ਜੋ ਕੁਛ ਉਹਨੇ ਕੀਆ ਹੈ, ਇਹ ਕਿਉਂਕਿ ਆਜ ਇੱਕ ਨਯਾ ਯੁੱਗ ਹੈ, ਨਯਾ ਯੁੱਗ ਮੇਂ ਜੋ ਕੁਛ ਕੀਆ ਹੈ ਵੋ ਪ੍ਰਾਈਮ ਮਿਨਿਸਟਰ ਸਾਹਿਬ ਨੇ ਔਰ ਪ੍ਰਾਈਮ ਮਿਨਿਸਟਰ ਸਾਹਿਬ ਕੀ ਸਰਕਾਰ ਨੇ ਕੀਆ ਹੈ। ਕਿਸੇ ਕ੍ਰੈਡਿਟ ਲੈਣੇ ਕੀ ਕੋਸ਼ਿਸ਼ ਹੈ ਜੋ ਕਾਂਗਰਸ ਨਾ ਕਰੇ, ਕਾਂਗਰਸ ਕੀ ਅਬ ਕੋਈ ਵੀ ਐਸੀ ਬਾਤੇਂ ਨਾ ਲੋਕ ਸੁਣਨਾ ਚਾਹਤੇ ਹੈ, ਨਾ ਉਨਕੋ ਕਰਨੀ ਚਾਹੀਏ।